Good morning, grade 10th. I hope you all are well and fit and fine at your home. Class, ਅਸੀਂ ਤੁਹਾਡੀ ਪਾਠ ਪੁਸਤਕ ਦੇ ਵਿੱਚੋਂ ਚੈਪਟਰ ਕਰ ਰਹੇ ਹਾਂ ਦੁਸ਼ਮਣੀ ਬੱਚੇ ਦੁਸ਼ਮਣੀ ਜੋ ਹੈ ਕਹਾਣੀ ਵੰਦਨਾ ਤੇ ਅਰਚਨਾ ਦੋ ਪਰਿਵਾਰਾਂ ਦੇ ਨਾਲ ਦਰਸਾਈ ਗਈ ਹੈ ਜੋ ਕਿ ਦੋਨੋਂ ਹੀ ਪਲਾਂਟਸ ਨੂੰ ਕਾਫੀ ਪਿਆਰ ਕਰਦੀਆਂ ਹਨ ਤੇ ਇੱਕ ਸਾਂਝੀ ਬਿਲਡਿੰਗ ਦੇ ਵਿੱਚ ਰਹਿੰਦੀਆਂ ਹਨ ਉਹਨਾਂ ਨੂੰ ਪਾਣੀ ਦੀ ਕਿੱਲਤ ਆਉਣ ਕਰਕੇ ਉਹਨਾਂ ਨੇ ਆਪਣੇ ਟੈਰਿਸ 'ਤੇ ਟੈਂਕੀਆਂ ਰੱਖੀਆਂ ਹੋਈਆਂ ਸਨ ਪਰੰਤੂ ਸਮਾਂ ਪਾ ਕੇ ਗਰਮੀਆਂ ਵਿੱਚ ਘੱਟ ਪਾਣੀ ਆਉਣ ਕਰਕੇ ਵੰਦਨਾ ਦੇ ਪਰਿਵਾਰ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਉਹ ਆਪਣੀ ਟੈਂਕੀ 1000 ਲੀਟਰ ਦੀ ਰੱਖ ਦੇਣ ਪਰੰਤੂ ਇਹ ਗੱਲ ਅਰਚਨਾ ਦੇ ਪਰਿਵਾਰ ਨੂੰ ਪਸੰਦ ਨਹੀਂ ਸੀ ਜਿਸ ਕਰਕੇ ਲੜਾਈ ਦਾ ਕਾਰਨ ਬਣ ਗਈ ਆਓ ਅਸੀਂ ਅੱਜ ਪੜ੍ਹਦੇ ਹਾਂ ਕਿ ਉਹ ਇੱਕ ਛੁੱਟੀ ਵਾਲੇ ਦਿਨ ਨਵੀਂ ਪਲਾਸਟਿਕ ਦੀ ਟੈਂਕੀ ਖਰੀਦ ਲਿਆਏ ਪਲੰਬਰ ਨੂੰ ਸੱਦ ਲਿਆ ਗਿਆ ਜਦੋਂ ਟੈਂਕੀ ਫਿੱਟ ਕਰਨ ਲੱਗੀ ਤਾਂ ਅਰਚਨਾ ਨੂੰ ਪਤਾ ਨਹੀਂ ਕੀ ਹੋ ਗਿਆ ਸ਼ਾਇਦ ਉਹ ਟੋਪ ਫਲੋਰ 'ਤੇ ਰਹਿਣ ਕਰਕੇ ਆਪਣੇ ਆਪ ਨੂੰ ਛੱਤ ਦੀ ਮਾਲਕਣ ਸਮਝਣ ਲੱਗ ਪਈ ਸੀ ਉਸ ਤੋਂ ਇਹ ਬਰਦਾਸ਼ਤ ਨਾ ਹੋਇਆ ਕਿ ਕੋਈ ਉਹਨਾਂ ਨੂੰ ਬਿਨਾਂ ਪੁੱਛੇ ਹੀ ਛੱਤ ਉੱਤੇ ਟੈਂਕੀ ਲਾ ਰਿਹਾ ਹੈ ਉਹਨੇ ਛੱਤ ਉੱਤੇ ਆ ਕੇ ਉਹਨਾਂ ਨੂੰ ਟੈਂਕੀ ਲਾਉਣ ਤੋਂ ਰੋਕਣ ਲਈ ਲੜਨਾ ਸ਼ੁਰੂ ਕਰ ਦਿੱਤਾ ਤੁਸੀਂ ਇਹ ਟੈਂਕੀ ਨਹੀਂ ਲਾ ਸਕਦੇ ਹੋ ਮੈਂ ਤੁਹਾਨੂੰ ਇਹ ਟੈਂਕੀ ਨਹੀਂ ਲਾਉਣ ਦਿਆਂਗੀ ਉਹ ਉੱਚੀ ਉੱਚੀ ਬੋਲਣ ਲੱਗੀ ਵੰਦਨਾ ਤੇ ਉਹਦਾ ਪਤੀ ਹੈਰਾਨ ਰਹਿ ਗਏ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਅਰਚਨਾ ਉਹਨਾਂ ਨਾਲ ਲੜਨ ਆ ਜਾਵੇਗੀ ਉਹਨਾਂ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਵੰਦਨਾ ਦਾ ਪਤੀ ਸੰਜੀਵ ਬੋਲਿਆ ਅਸੀਂ 2 ਟੈਂਕੀਆਂ ਨਹੀਂ ਲਾ ਰਹੇ ਅਸੀਂ ਆਪਣੀ ਛੋਟੀ ਟੈਂਕੀ ਹਟਾ ਕੇ ਉਸਦੀ ਜਗ੍ਹਾ 'ਤੇ ਨਵੀਂ ਟੈਂਕੀ ਲਾ ਰਹੇ ਹਾਂ ਵੰਦਨਾ ਤਰਲੇ ਕਰਦੀ ਹੋਈ ਆਖ ਰਹੀ ਸੀ ਅਖੇ ਜਿਨ ਤਨ ਲਾਗੇ ਸੋ ਤਨ ਜਾਣੇ ਅਰਚਨਾ ਨੇ ਇੱਕ ਨਾ ਸੁਣੀ ਉਹ ਉਸੇ ਤਰ੍ਹਾਂ ਰੋਲਾ ਪਾਉਂਦੀ ਰਹੀ ਫਿਰ ਉਹਨਾਂ ਨੇ ਫੋਨ ਕਰਕੇ ਆਪਣੇ ਪਤੀ ਰਾਹੁਲ ਨੂੰ ਸੱਦ ਲਿਆ ਜੋ ਉਸ ਵੇਲੇ ਬਾਜ਼ਾਰ ਗਿਆ ਹੋਇਆ ਸੀ ਫਿਰ ਉਹ ਪਤੀ ਪਤਨੀ ਦੋਵੇਂ ਉਹਨਾਂ ਨਾਲ ਲੜਨ ਲੱਗੇ ਰੋਲਾ ਸੁਣ ਕੇ ਹੋਰ ਆਂਢੀ ਗੁਆਂਢੀ ਵੀ ਛੱਤਾਂ 'ਤੇ ਆ ਗਏ ਉਹਨਾਂ ਨੇ ਦੋਵਾਂ ਧਿਰਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰਾਹੁਲ ਬੋਲਿਆ ਫੌਰਨ ਨਵੀਂ ਟੈਂਕੀ ਇੱਥੋਂ ਹਟਾ ਦਿਓ ਨਹੀਂ ਤਾਂ ਮੈਂ ਪੁਲਿਸ ਬੁਲਾ ਲਵਾਂਗਾ ਸੰਜੀਵ ਅਤੇ ਵੰਦਨਾ ਨੇ ਟੈਂਕੀ ਨੂੰ ਹਟਾਉਣ ਤੋਂ ਮਨਾ ਕਰ ਦਿੱਤਾ ਰਾਹੁਲ ਨੇ ਸੱਚਮੁੱਚ ਫੋਨ ਕਰਕੇ ਪੁਲਿਸ ਨੂੰ ਬੁਲਾ ਲਿਆ ਪੁਲਿਸ ਆ ਗਈ ਸੰਜੀਵ ਨੇ ਟੈਂਕੀ ਪੁਲਿਸ ਦੇ ਆਉਣ ਤੋਂ ਪਹਿਲਾਂ ਇਹ ਲੱਗ ਚੁੱਕੀ ਸੀ ਪੁਲਿਸ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ ਉਹਨਾਂ ਵੇਖਿਆ ਕਿ ਰਾਹੁਲ ਉਹਨਾਂ ਦੀ ਨਵੀਂ ਟੈਂਕੀ ਨੂੰ ਹਟਾਉਣਾ ਚਾਹੁੰਦੇ ਹੈ ਜਦਕਿ ਉਹ ਆਪ ਉਹਨਾਂ ਨੇ ਇੱਕ ਹੋਰ ਟੈਂਕੀ ਗਮਲਿਆਂ ਨੂੰ ਪਾਣੀ ਦੇਣ ਲਈ ਛੱਤ 'ਤੇ ਰੱਖੀ ਹੋਈ ਹੈ ਪੁਲਿਸ ਵਾਲਿਆਂ ਨੇ ਦੋਵਾਂ ਨੂੰ ਸਮਝਾਇਆ ਅਤੇ ਉਹਨਾਂ ਦਾ ਸਮਝੌਤਾ ਕਰਵਾ ਦਿੱਤਾ ਸੰਜੀਵ ਦੀ ਟੈਂਕੀ ਉਸੇ ਤਰ੍ਹਾਂ ਲੱਗੀ ਰਹਿਣ ਦਿੱਤੀ ਗਈ ਭਾਵੇਂ ਉਹਨਾਂ ਦਾ ਸਮਝੌਤਾ ਹੋ ਗਿਆ ਦੋਵਾਂ ਨੇ ਪੁਲਿਸ ਦੇ ਸਾਹਮਣੇ ਹੱਥ ਮਿਲਾ ਲਏ ਸਨ ਪਰ ਉਹਨਾਂ ਦੋਵਾਂ ਪਰਿਵਾਰਾਂ ਵਿੱਚ ਪਹਿਲਾਂ ਵਾਲਾ ਮੇਲ ਮਿਲਾਪ ਨਾ ਰਿਹਾ ਉਹਨਾਂ ਦੀ ਬੋਲਚਾਲ ਬੰਦ ਹੋ ਗਈ ਇਸ ਗੱਲ ਨੂੰ 4-5 ਮਹੀਨੇ ਹੋ ਗਏ ਸਨ ਹੁਣ ਗਰਮੀਆਂ ਦੀਆਂ ਛੁੱਟੀਆਂ ਆਈਆਂ ਤਾਂ ਫਿਰ ਰਾਹੁਲ ਚੋਪੜਾ ਆਪਣੇ ਪੂਰੇ ਪਰਿਵਾਰ ਨਾਲ ਕਿਤੇ ਬਾਹਰ ਚਲਾ ਗਿਆ
इस बार जान तो पहला ना ता अर्चना ने वंदना नूं इह दस्सिया कि उह कित्थे ते किन्ने दिनां वास्ते जा रहे हन अते ना ही उन्हां फुल बूटियां नूं पाणी पाउण लई आखिया। वंदना नूं वी इह गल दा गुस्सा सी कि अर्चना उस नूं आकड़ मार के आख नहीं गई, इसलिए वह भी बूटियां नूं पानी नहीं देवेगी। पहला तो उसने सोचा कि शायद किसी दूजी गुआंढ नूं कह गई होगी, शायद कोई ना कोई आके गमलिया च पानी पा जाएगा। फिर उन्हें वेख्या तीन चार दिन तक किसी ने पानी ना पाया, बूटे कुंबला रहे हन। यह फिक्रमंद हो गई, ओह फिक्रमंद होगी। फिर वह सोचती रही कि हो सकता है इस बार वह छेती वापस आ जाए। एक दिन आसमान ते छाई घटा नूं वेख के उसने सोचा शायद अज पलक मीह आ जाए तो बूटियां नूं पानी देना ही ना पवे। वह दिन उन्हें अपने पति नूं कहा, हाए वेखो अर्चना अर्चना दे सारे प्लांट सुक रहे हैं, कोई पानी नहीं पा रहा। मैं तो आप नहीं पाउंदी पानी, केड़ा वह मैनू कहेगी। जे उहदे च इन्नी आकड़ है तो उहदे प्लांट साडे की लगदे हन, सुके पे ने तो सुकन सानू की। संजीव चुप चाप सुनदा रहा अते फिर वह भी उहदे हाँ विच हाँ मिलाउंदा बोलिया, आपा की लैना है ये उहनां दे बगीचे तो सुक जान दे। पर उदो किवें बोलदी सी, चवर चवर टेंशन लैण दी लोड़ नहीं। पर वंदना छत उत्ते जांदी तां उह सुकरे बूटियां वल देख के उहनूं तरस आउण लगदा, पर अगले ही पल उहनूं गुस्सा छड़ जांदा, मैं की लैणा है। लगभग एक हफ्ता हो गया, ना किसी गवांडी ने बूटियां नूं पानी पाया, ना अर्चना वापस मुड़ी अते ना ही मीह पिया। वंदना ने आसमान वल वेख्या, आसमान साफ सी, बदलों का किधरे नामो निशान नहीं सी। गर्मी नाल झुलस गए बूटे सन, कई छोटे बूटे बिल्कुल सुक गए सन। वेख के वंदना तो रहा ना गया, ओह मन तो बहुत ज्यादा दयालु सी। उन्हें मन ही मन सोचा, एवें गिला पहन नहीं पाईदा, एवें गिला पीन नहीं पाईदा, चल हो छड परा। उन्हें कोल मुद्दी पई पई बाल्टी चुकी ते टैंकी खोल के बूटियां नूं पानी देन लग गई। जदों वंदना नूं काफी चिर हो गया तो संजीव नूं भी चिंता होण लगी कि वंदना सुके कपड़े उतारन गई, अजे तक वापस क्यों नहीं आई। वंदना नूं वेखण उत्ते ओ गया, ओ गमलियां नूं पानी पा रही वंदना नूं वेख के हक्का बक्का रह गया। इस तों पहला ओ वंदना नूं केज कहिंदा, ओ संजीव नूं वेख के बोली, मैं सोचिया ओ तां है ही नहीं एहो जी, अपनी लड़ाई तो उन्हां नाल होई है, इन्हां विचारे प्लांट्स नाल तां साडी कोई दुश्मनी नहीं। संजीव सुन के संजीव वाह वाह करदा मुस्कुरा लग्या। बच्चे इस कहानी दे विच जिहड़ी दो परिवारां दी आपसी लड़ाई, उहदे विच बच्चे प्लांट्स नूं पहलां तां वंदना वल्लों पानी देने नूं नकारिया गया, परंतु उसने बाद में सोचा कि उन्हां दी आपसी लड़ाई जिहड़ी है ओह प्लांट लई काफ़ी चिंता का सबक बन रही है। इस कारण उसने सोचा कि वह प्लांट्स नूं पानी दे देवे, जिस नाल कि प्लांट्स सुकण। ते यह सब देख के उसका पति भी काफ़ी मुस्कुराया।
ते वंदना नूं भी काफ़ी मानसिक संतुष्टि मिली क्योंकि उहदे मन विच हर वेले उह प्लांट्स ते सुकन दा डर उस नूं सता रहा सी, जिस करके उह दिन रात परेशान रहिंदी क्योंकि अर्चना होने भी वापस नहीं आ रहे सन ते प्लांट्स दिन ब दिन सुकदे जा रहे सन। बच्चे इस लैक्चर विच इन्ना ही, अज मैं तुहानूं नाल क्वेश्चन आंसर, शॉर्ट क्वेश्चन आंसर एंड लॉन्ग क्वेश्चन आंसर सेंड करूंगी। ठीक है बच्चे, थैंक यू, हैव ए नाइस डे।